ਇਹਨਾਂ ਨੇ ਮੇਰੇ ਨਾਲ ਹੀ ਨਹੀਂ ਹੋਰ ਪਾਕਿਸਤਾਨੀ ਮੁਸਲਮਾਨ ਕੁੜੀਆਂ ਦੇ ਫੁੱਦਿਆਂ ਦੇ ਸਿਰ ਤੇ ਇਹਨਾਂ ਨੇ ਕਿਹਾ ਸੀ ਵੀ ਅਸੀਂ ਏਦਾਂ ਕਰਾਂਗੇ, ਕਸ਼ਮੀਰ ਲਵਾਂਗੇ, ਯੇ ਕਰਾਂਗੇ, ਵੋ ਕਰਾਂਗੇ। ਇਹਨਾਂ ਨੇ ਭੈਣ ਦਾ ਗੁੱਸਾ ਕੀਤਾ, ਇਹਨਾਂ ਨੇ ਤਾਂ ਬੁੰਡ ਬੜਵਾਤੀ ਸਾਡੀ ਭੈਣ ਤੇ ਯਾਰਾਂ ਨੇ। ਇਹ ਤਾਂ ਭੈਣ ਤੇ ਯਾਰ ਨਿਕਲੇ ਪੂਰੇ, ਅੜੀ ਵਾਲੇ ਦਾ ਏਡੇ ਏਡੇ ਦਿਨ ਕੱਢੀ ਫਿਰਦੇ, ਘੁਮਾ ਰਿਹਾ ਸਵਾਤ ਘਾਟੀ ਚ, ਬਲੂਚਿਸਤਾਨ ਚ, ਉਹਦਾ ਕੌਣ ਜ਼ਿੰਮੇਵਾਰ ਆ? ਜਰਦਾਰੀ ਨੇ ਵਿਜੇ ਦਿੱਤੇ ਇੰਡੀਆ ਦੇ ਲੰਨਾਂ ਨੂੰ, ਇੰਡੀਆ ਦੇ ਲੰਨਾਂ ਆ ਕੇ ਮੁਸਲਮਾਨ ਕੁੜੀਆਂ ਦੀ ਫੁੱਦੀਆਂ ਵਿੱਚ ਤਾੜਾ ਤੜ ਜਾ ਰਹੇ ਆ। ਹੁਣ ਤਾਂ ਪਤਾ ਲੱਗਿਆ ਕਿ ਇਜ਼ਰਾਇਲ ਤੋਂ ਵੀ ਲੜੀਆਂ ਆ ਰਹੇ ਆ, ਇਹ ਮੁਸਲਮਾਨ ਕੁੜੀਆਂ ਦੇ ਫੁੱਦਿਆਂ ਦੇ ਵਿੱਚ ਠਾ ਠਾ ਕਰਕੇ ਜਾ ਰਹੇ ਆ। ਇਹ ਸਭ ਦੇ ਪਿੱਛੇ ਭੈਣ ਚੋ ਅਮਰੀਕਾ ਦਾ ਹੱਥ ਆ, ਇਜ਼ਰਾਇਲ ਅਮਰੀਕਾ ਤੇ ਇੰਡੀਆ ਦੀ ਰੈਕੀ ਪਾਲਸੀ ਆ ਵੀ ਪਾਕਿਸਤਾਨ ਦੀ ਮੁਸਲਮਾਨ ਕੁੜੀਆਂ ਦੀਆਂ ਫੁੱਦੀਆਂ ਏਦਾਂ ਪਾੜੀਆਂ ਜਾਣ, ਏਦਾਂ ਪਾੜੀਆਂ ਜਾਣ ਵੀ ਮੁੜ ਕੇ ਉਹ ਭੈਣ ਚੋ ਪਾਕਿਸਤਾਨ ਦੀ ਲੁੱਲੀ ਭੁੱਲੀ ਜਾਣ, ਅਤੇ ਹਮੇਸ਼ਾ ਤੇ ਹਮੇਸ਼ਾ ਉਹ ਸਿਰਫ ਇੰਡੀਆ ਦੇ ਲੰਨ ਦੀ ਹੀ ਨਾਰੇ ਲਾਉਣ। ਤਾਂ ਹੀ ਤਾਂ ਸਾਡੀ ਪਾਕਿਸਤਾਨ ਦੀਆਂ ਕੁੜੀਆਂ ਵੀ ਹੁਣ ਬਾਹਰ ਨਿਕਲ ਕੇ ਇਹੀ ਕਹਿੰਦੀਆਂ, ਅੱਲਾ ਇੰਡੀਆ ਦਾ ਲੰਨ ਦੇ, ਇੰਡੀਆ ਦਾ ਲੰਨ ਦੇ, ਤੂੰ ਵੀ ਇਹੀ ਕਹਿੰਦੀ, ਮੈਨੂੰ ਪਤਾ ਭੈਣ ਚੋਦੀ ਤੂੰ ਵੀ ਇਹੀ ਕਹਿੰਦੀ ਆ। ਨਹੀਂ ਕਹਿੰਦੀ, ਤੂੰ ਕਹਿੰਦੀ ਆ, ਮੈਨੂੰ ਪਤਾ ਤੂੰ ਮੇਰੀ ਆਧਾਰ ਨੂੰ ਮੰਗਦੀ ਆ ਸਾਲੀ, ਤੂੰ ਬੜੀ ਭੈਣ ਤੇ ਲੜੀ ਆ। ਬਾਕੀ ਤੈਨੂੰ ਪਤਾ ਹੀ ਆ ਭੈਣ ਚ, ਹੁਣ ਅਫਗਾਨਿਸਤਾਨ ਦਾ ਜਿਹੜਾ ਰਾਸ਼ਟਰਪਤੀ ਆ ਕਰਜ਼ਈ, ਉਹ ਵੀ ਭੈਣ ਦਾ ਯਾਰ, ਮੇਰੇ ਭੈਣ ਦੇ ਪੁੱਤ ਦੇ ਅੱਖ ਰੱਖੀ ਬੈਠਾ। ਉਹਨੇ ਮੈਨੂੰ ਫੋਨ ਕੀਤਾ, ਕਹਿੰਦਾ ਹਾਂਜੀ ਯਾਰ ਤੁਸੀਂ ਆਪਣੀ ਕੁੜੀ ਭੇਜੋ। ਮੈਂ ਕਿਹਾ ਕੀ ਗੱਲ ਭੈਣ, ਜਦੋਂ ਮੇਰਾ ਪੂਰਾ ਖਾਨਦਾਨ ਇੱਥੇ ਬੁੰਡ ਮਰਾਉਣ ਰੱਖਿਆ ਮੈਂ, ਹੈ ਮੇਰੀ ਭੈਣ ਦੇ ਪੁੱਤ ਤੁਸੀਂ ਪੜੇ ਜਾਂਦੇ ਹੋ, ਮੁਸਲਮਾਨ ਕੁੜੀਆਂ ਦੇ ਮਾਮੇ ਪੱਟੀ ਜਾਂਦੇ ਹੋ, ਕੀ ਚੱਕਰ ਆ ਇਹ? ਤੁਸੀਂ ਤਾਂ ਇਸਲਾਮ ਦੀ, ਮੈਂ ਕਿਹਾ ਚੰਗੀ ਮਾਂ ਦੀ ਲੰਘ ਦੇਤੀ। ਉਹ ਕਹਿੰਦਾ ਇਸ ਤੁਹਾਡੇ ਵੀ ਮਾਂ ਦੀ ਲੰਘ ਦੇਣੀ ਆ। ਮੈਂ ਕਿਹਾ ਅੱਗੇ ਮੇਰੀ ਮਾਂ ਦੀ ਲੰਘ ਕੱਟ ਦਿੱਤੇ ਇੰਡੀਆ ਨੇ, ਤੇ ਮੇਰੇ ਨਾਲ ਧੱਕਾ ਹੋ ਰਿਹਾ ਸਾਰੇ ਪਾਸੇ, ਤੇ ਭੈਣ ਚੋ ਸਰਕਾਰ ਕੁਛ ਨੀ ਕਰ ਰਹੀ, ਮੇਰੇ ਤੇ ਇੰਨੇ ਜ਼ੁਲਮ ਕੀਤੇ ਜਾ ਰਹੇ ਆ। ਕੱਲ ਪਰਸੋਂ ਮੈਨੂੰ ਵੀ ਲੈ ਕੇ ਮੇਰੀ ਹੀ ਬੁੱਟ ਕੁੱਟੀ ਗਈ ਥਾਣੇ ਚ, ਤੇ ਮੈਨੂੰ ਕਹਿੰਦੇ ਦੱਸ ਤੇਰੀ ਕੁੜੀ ਦਾ ਫੁੱਦਾ ਕਿੱਥੇ? ਮੈਂ ਕਿਹਾ ਮੈਨੂੰ ਵੀ ਪਤਾ ਮੇਰੀ ਕੁੜੀ ਦਾ ਫੁੱਦਾ ਦਾ ਭੈਣ ਚੋ ਤੁਸੀਂ ਪੂਰੇ ਵਰਲਡ ਚ ਘੁਮਾਇਆ ਪਿਆ। ਮੁਸਲਮਾਨ ਕੁੜੀਆਂ ਦੇ ਫੁੱਦੇ ਤਾਂ ਇਹ ਐਂ ਪਾੜ ਰਹੇ ਆ, ਇਜ਼ਰਾਈਲ ਵਾਲੇ, ਇੰਡੀਆ ਵਾਲੇ, ਅਮਰੀਕਾ ਵਾਲੇ, ਜਿਵੇਂ ਭੈਣ ਚੋ ਆਪਾਂ ਪਤੰਗ ਨੀ ਫੜੀਦਾ, ਏਦਾਂ ਮੇਰੀ ਭੈਣ ਦਾ ਫੁੱਦਾ ਪਾੜਤਾ, ਮੇਰੀ ਕੁੜੀ ਦਾ ਵੀ ਫੁੱਦਾ ਪਾੜਤਾ। ਤੇ ਅੱਜ ਜਿਹੜੀ ਮੇਰੀ ਛੋਟੀ ਕੁੜੀ ਸੀ, ਉਹਦੀ ਕੁਸੀ ਇੰਨੀ ਕੁ ਪੀੜੀ ਜੀ ਸੀਗੀ, ਉਹ ਵੀ ਇਹਨਾਂ ਨੇ ਚੌੜੀ ਕਰਤੀ ਪੂਰੇ ਇੰਡੀਆ ਦੇ। ਤਾਂ ਬੰਦੇ ਆ ਕੇ ਸਾਡੇ ਇੱਥੇ ਕਸ਼ਮੀਰ ਚ ਜਿਹੜੇ ਇੰਡੀਅਨ ਆਰਮੀ ਦੇ ਬੰਦੇ ਆ, ਉਹ ਮੁਸਲਮਾਨ ਕੁੜੀਆਂ ਦਾ ਮੁੱਠ ਮਰਵਾਉਂਦੇ ਨੇ, ਮੁਸਲਮਾਨ ਕੁੜੀਆਂ ਨੇ ਲੈਣੇ ਚੁੱਪੇ ਮਾਰਦੀਆਂ ਨੇ। ਉਹ ਕਹਿੰਦੇ ਇਹਦੇ ਵਿੱਚ ਜਿਹਾਦ ਹੀ ਅੱਜ ਆ, ਉਹ ਕਹਿੰਦੇ ਸਾਡੇ ਲੰਘ ਚੁੰਗੋ ਦੇ, ਇਹਦੇ ਵਿੱਚ ਕੰਮ ਦੀਆਂ ਦਾ ਮਜ਼ਾ ਲਓ। ਇਹ ਹੱਲ ਕੀਤਾ ਪਿਆ ਇਹਨਾਂ ਨੇ ਸਾਡਾ, ਅੱਲਾ ਗੁੱਲਾ ਪਾਕਿਸਤਾਨ ਦੀ ਗਾਂਢ ਚ ਲੁੱਲਾ, ਮੁੱਲੇ ਚੌਂਕਦੇ ਲੁੱਲੇ, ਸਾਰੇ ਚਿੱਤੜ ਖੁੱਲੇ, 1 2 3 4 ਪਾਕਿਸਤਾਨ ਦੀ ਗਾਂਢ ਕਿੰਨੇ ਚਿਰ ਫਟਣੀਆਂ ਹੋਰ? ਮੈਨੂੰ ਦੱਸ ਦੋ, 1 2 3 4 ਪਾਕਿਸਤਾਨ ਦੀ ਗਾਂਢ ਕਿੰਨੇ ਚਿਰ ਫਟਣੀਆਂ ਹੋਰ? ਠੀਕ ਆ, ਹੁਣ ਤੂੰ ਹੀ ਆਪਣਾ ਗੁੱਸਾ ਘੱਟ ਪੜਵਾਇਆ ਕਰ, ਅੱਗੇ ਤੇਰੇ ਗੁੱਸੇ ਦਾ ਬੋਰ ਬਹੁਤ ਖੁੱਲ ਚੁੱਕਾ। ਬਾਕੀ ਹੱਲਾ ਗੁੱਲਾ ਪਾਕਿਸਤਾਨ ਦੀ ਗਾਂਢ ਚ ਲੁੱਲਾ, ਮੁੱਲੇ ਚੌਂਕਦੇ ਲੁੱਲੇ, ਸਾਰਿਆਂ ਦੇ ਹੀ ਚਿੱਤੜ ਨੇ ਖੁੱਲੇ।